ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੇ ਪੰਜਾਬ ਦਾ ਬਹੁਤ ਨਾਮ ਰੋਸ਼ਨ ਕੀਤਾ ਤੇ ਇਹਨਾਂ ਨਾਮਾਂ ਦੇ ਵਿੱਚ ਇੱਕ ਨਾਮ ਹੋਰ ਜੁੜ ਚੁੱਕਿਆ ਹੈ, ਅਮਨਪ੍ਰੀਤ ਕੌਰ। ਜੀ ਹਾਂ, ਇਹ ਪੰਜਾਬਣ ਆਸਟ੍ਰੇਲੀਆ ਦੀ ਵਸਨੀਕ ਹੈ ਪਰ ਪੰਜਾਬ ਰੂਪਨਗਰ ਦੀ ਰਹਿਣ ਵਾਲੀ ਹੈ, ਜਿਸ ਨੂੰ ਆਸਟ੍ਰੇਲੀਆ ਦੇ ਵਿੱਚ ਜਸਟਿਸ ਆਫ ਪੀਸ ਦਾ ਖਿਤਾਬ ਦਿੱਤਾ ਗਿਆ ਹੈ। ਆਸਟ੍ਰੇਲੀਆ ਦੇ ਵਿੱਚ ਇਹ ਪਹਿਲੀ ਪੰਜਾਬਣ ਕੁੜੀ ਹੈ ਜਿਸ ਨੂੰ ਇਹ ਖਿਤਾਬ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਇਸ ਦੇ ਪੂਰੇ ਪਰਿਵਾਰ ਦੇ ਵਿੱਚ ਆਸਟ੍ਰੇਲੀਆ ਵਿੱਚ ਰਹਿੰਦੇ ਸਾਰੇ ਪੰਜਾਬੀਆਂ ਦੇ ਵਿੱਚ ਤੇ ਉਮੀਦ ਕਰਦਾ ਹੁਣ ਤੋਂ ਬਾਅਦ ਸਾਰੀ ਦੁਨੀਆ ਦੇ ਵਿੱਚ ਜਿਹਨਾਂ ਨੂੰ ਵੀ ਪਤਾ ਲੱਗਿਆ ਸਾਰੇ ਹੀ ਖੁਸ਼ੀ ਦੀ ਲਹਿਰ ਦੇ ਨਾਲ ਜੁੜੇ ਹੋਏ ਨੇ, ਕਿਉਂਕਿ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਨਾਮ ਕੋਈ ਵੀ ਰੋਸ਼ਨ ਕਰਦਾ ਹੈ ਤਾਂ ਉਹ ਕੌਮ ਦਾ ਹੀਰਾ ਹੀ ਹੁੰਦਾ ਹੈ। ਆਖਿਰ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਅਮਨਪ੍ਰੀਤ ਕੌਰ ਦੇ ਮਾਤਾ ਪਿਤਾ ਨੇ ਪਰਿਵਾਰ ਵਾਲਿਆਂ ਨੇ ਕੀ ਕਿਹਾ, ਆਓ ਸੁਣਦੇ ਹਾਂ। ਦਾਦਾ ਸਾਡਾ ਖਾਨਦਾਨ ਕਬਜ਼ਾ ਤੋਂ ਉੱਠ ਰਿਹਾ, ਕਈ ਤਾਂ ਬੱਚੇ ਸਾਡੇ ਭੰਗੜਾ ਪਾਉਣ ਲੱਗ ਪਏ, ਉੱਚੀ ਉੱਚੀ ਜਗਾਰੇ ਛੱਡਣ ਲੱਗ ਪਏ, ਹੈ ਅਮਨ ਅਮਨ ਆਉਣ ਲੱਗ ਪਈ ਤੇ ਅਸੀਂ ਖੁਸ਼ ਹੋ ਗਏ ਸਾਰੇ। ਮਠਿਆਈਆਂ ਲਓ, ਲੱਡੂ ਲਓ, ਜੇ ਲਓ, ਬੋਲ, ਜਿਹਨੂੰ ਪਤਾ ਲੱਗਦਾ ਸਾਰੇ ਘਰ ਅੰਦਰ ਵਧਾਈਆਂ ਦਿੰਦੇ ਨੇ, ਸਾਨੂੰ ਖੁਸ਼ ਹੱਸ ਬਹੁਤ ਜ਼ਿਆਦਾ ਹੋਈ ਹੈ। ਜਦੋਂ ਵੀ ਉਸਨੂੰ ਕੋਈ ਕਾਮਯਾਬੀ ਮਿਲਦੀ ਹੈਗੀ ਹੈ ਬਹੁਤ ਖੁਸ਼ ਹੋਈਦਾ। ਹੁਣ ਤਾਂ ਇਸ ਵਾਰੀ ਮਤਲਬ ਬਹੁਤ ਜ਼ਿਆਦਾ ਖੁਸ਼ ਹੋਈ ਹੈ, ਬਾਹਰ ਵਿਦੇਸ਼ ਵਿੱਚ ਵੀ ਜਾ ਕੇ ਉਸਦੇ ਮੁਲਕਾਂ ਵਿੱਚ ਜਾ ਕੇ ਬੱਚਿਆਂ ਨੇ ਇਸ ਤਰ੍ਹਾਂ ਕਾਮਯਾਬੀਆਂ ਹਾਸਲ ਕੀਤੀਆਂ ਹੈਗੀਆਂ। ਅਤੇ ਲੜਕੀ ਦੇ ਹੁੰਦੇ ਆ ਤੁਸੀਂ ਅੱਜ ਕੱਲ੍ਹ ਜਿਸ ਤਰ੍ਹਾਂ ਕਹਿੰਦੇ ਆ ਵੀ ਧੀਆਂ ਨੂੰ ਮਤਲਬ ਇੰਨੇ ਇੰਨਾ ਸਤਿਕਾਰ ਪਿਆਰ ਨਹੀਂ ਮਿਲਦਾ ਹੈਗਾ। ਅੱਜ ਤੋਂ 550 ਸਾਲ ਪਹਿਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਅਤੇ ਕਿਹਾ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾਨ। ਅਤੇ ਲੜਕੀਆਂ ਵਾਸਤੇ ਹੀ ਹੈਗਾ, ਲੜਕੀਆਂ ਦੇ ਨਾਲ ਹੀ ਸਾਰਾ ਸੰਸਾਰ ਚੱਲਦਾ ਹੈਗਾ। ਅਤੇ ਇਸ ਕਰਕੇ ਅਸੀਂ ਤਾਂ ਉਹਦੀ ਕਾਮਯਾਬੀਆਂ ਉੱਤੇ ਅਸੀਂ ਬਹੁਤ ਖੁਸ਼ ਹੈਗੇ ਹਾਂ, ਸਾਨੂੰ ਬਹੁਤ ਜ਼ਿਆਦਾ ਵਧਾਈਆਂ ਮਿਲੀਆਂ ਹੈਗੀਆਂ। ਜਦੋਂ ਅਮਨਪ੍ਰੀਤ ਕੌਰ ਦੇ ਨਾਲ ਗੱਲ ਕੀਤੀ ਗਈ ਜਸਟਿਸ ਆਫ ਪੀਸ ਦੇ ਖਿਤਾਬ ਬਾਰੇ ਤਾਂ ਉਹਨਾਂ ਨੇ ਇਸ ਦਾ ਸਹਿਰਾ ਆਪਣੇ ਮਾਪਿਆਂ ਅਤੇ ਆਪਣੇ ਪਤੀ ਦੇ ਸਿਰ ਬੰਨਿਆ ਕਿ ਜੇਕਰ ਉਹ ਉਹਨੂੰ ਸਪੋਰਟ ਨਾ ਕਰਦੇ ਤਾਂ ਸ਼ਾਇਦ ਉਹ ਕਦੇ ਕਾਮਯਾਬ ਨਾ ਹੁੰਦੀ। ਇਸ ਮੁਕਾਮ ਤੇ ਪਹੁੰਚਣ ਦਾ ਮੈਂ ਸਿਹਰਾ ਦਿੰਦੀ ਹਾਂ ਆਪਣੇ ਹਸਬੈਂਡ ਸਰਦਾਰ ਸੁਰਿੰਦਰਪਾਲ ਸਿੰਘ ਕਾਲਰੇ ਨੂੰ ਕਿ ਉਹਨਾਂ ਨੇ ਮੇਰੇ ਵਿੱਚ ਵਿਸ਼ਵਾਸ ਦੇਖਿਆ ਅਤੇ ਮੈਨੂੰ ਇਨਕਰੇਜ ਕੀਤਾ ਕਿ ਮੈਨੂੰ ਵਿਸ਼ਵਾਸ ਦਵਾਇਆ ਕਿ ਮੈਂ ਇਸ ਮੁਕਾਮ 'ਤੇ ਅੱਜ ਪਹੁੰਚ ਸਕੀ ਹਾਂ ਅਤੇ ਆਪਣੇ ਜ਼ਿਲ੍ਹੇ ਦਾ, ਆਪਣੇ ਪੰਜਾਬ ਦਾ, ਆਪਣੇ ਮਾਂ ਪਿਓ ਦਾ, ਆਪਣੇ ਪੂਰੇ ਪਰਿਵਾਰ ਦਾ, ਆਪਣੇ ਭੈਣ ਭਰਾਵਾਂ ਦਾ ਨਾਮ ਰੋਸ਼ਨ ਕਰ ਸਕੀ ਹਾਂ। ਅਤੇ ਉਸ ਤੋਂ ਬਾਅਦ ਮੈਂ ਆਪਣੇ ਮਾਤਾ ਪਿਤਾ ਦਾ, ਸਰਦਾਰ ਅਮਰਜੀਤ ਸਿੰਘ ਸਤਿਆਲ ਦਾ ਨਾਮ ਜ਼ਰੂਰ ਲੈਣਾ ਚਾਹਾਂਗੇ ਕਿ ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਇੰਸਪਾਇਰ ਕੀਤਾ ਹੈ ਕਿਉਂਕਿ ਉਹ ਸ਼ੁਰੂ ਤੋਂ ਹੀ ਇਸ ਕੰਮ ਵਿੱਚ ਲੱਗੇ ਹੋਏ ਨੇ, ਰੋਪੜ ਜ਼ਿਲ੍ਹੇ ਦੀ ਉਹ ਸੇਵਾ ਨਿਭਾ ਰਹੇ ਨੇ ਅਤੇ ਮੈਨੂੰ ਉਹਨਾਂ ਨੇ ਬਹੁਤ ਜ਼ਿਆਦਾ ਇਨਕਰੇਜ ਕੀਤਾ, ਸਪੋਰਟ ਕੀਤੀ ਹੈ ਅਤੇ ਅੱਜ ਮੈਂ ਬਹੁਤ ਖੁਸ਼ ਹੋਈ ਹਾਂ ਕਿ ਜੀ ਹਾਂ ਗੁਰੂ ਪਿਆਰਿਓ, ਕਿਤੇ ਨਾ ਕਿਤੇ ਸਾਨੂੰ ਚਾਹੀਦਾ ਹੈ, ਅਸੀਂ ਕਹਿ ਤਾਂ ਦਿੰਦੇ ਹਾਂ ਕਿ ਧੀਆਂ ਅਤੇ ਪੁੱਤਾਂ 'ਚ ਕੋਈ ਫਰਕ ਨਹੀਂ ਹੁੰਦਾ, ਪਰ ਅਸੀਂ ਅੱਜ ਵੀ ਕਿਤੇ ਨਾ ਕਿਤੇ ਕਾਣ ਛੱਡ ਜਾਂਦੇ ਹਾਂ ਧੀਆਂ ਅਤੇ ਪੁੱਤਾਂ ਨੂੰ ਬਰਾਬਰ ਦਰਜਾ ਦੇਣ ਦੇ ਵਿੱਚ। ਅਤੇ ਜਿਹੜੇ ਆਪਣੀਆਂ ਧੀਆਂ ਅਤੇ ਪੁੱਤਾਂ ਦੇ ਵਿੱਚ ਫਰਕ ਨਹੀਂ ਕਰਦੇ ਤਾਂ ਉਹਨਾਂ ਦੀਆਂ ਧੀਆਂ ਅਮਨਪ੍ਰੀਤ ਵਾਂਗੂ ਹੀ ਨਾਮ ਰੋਸ਼ਨ ਕਰਦੀਆਂ ਨੇ ਪੁੱਤ ਬਣ ਕੇ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਆਪਣੀਆਂ ਧੀਆਂ ਨੂੰ ਉਹਨਾਂ ਦੇ ਬਣਦੇ ਹੱਕ ਦੇਵੋਗੇ, ਉਹਨਾਂ ਦੇ ਖੁਆਬ ਪੂਰੇ ਕਰਨ ਦਾ ਮੌਕਾ ਦੇਵੋਗੇ, ਉਹ ਜੋ ਚਾਹੁੰਦੀਆਂ ਨੇ ਉਹ ਬਣਨ ਦੇਵੋਗੇ। ਜੇ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।